ਪਾਖੜਾ ਨਹਿਰ ਦੇ ਵਿੱਚ ਤੈਰਦਾ ਸਰਹਿੰਦ ਫਲੋਟਿੰਗ ਰੈਸਟੋਰੈਂਟ ਜੋ ਹਰ ਸੈਲਾਨੀ ਦਾ ਧਿਆਨ ਖਿੱਚਦਾ ਹੈ। ਵੱਖਰੇ ਨਜ਼ਾਰੇ ਤੇ ਅਨੁਭਵ ਦੇਣ ਵਾਲੇ ਪਾਣੀ ਦੇ ਵਿੱਚ ਤੈਰਦੇ ਇਸ ਰੈਸਟੋਰੈਂਟ ਨੂੰ ਹੁਣ ਪੰਜਾਬ ਸਰਕਾਰ ਜਿੰਦਰਾ ਲਗਾਉਣ ਦੀ ਤਿਆਰੀ ਦੇ ਵਿੱਚ ਹੈ। ਜੀ ਹਾਂ, ਸੈਰ ਸਪਾਟਾ ਵਿਭਾਗ ਦਾ ਪਾਖੜਾ ਨਹਿਰ ਵਿੱਚ ਤੈਰਦੇ ਸਰਹਿੰਦ ਫਲੋਟਿੰਗ ਰੈਸਟੋਰੈਂਟ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ, ਕਿਉਂਕਿ ਕੈਪਟਨ ਸਰਕਾਰ ਵੱਲੋਂ ਇਸ ਹੋਟਲ ਨੂੰ ਬੰਦ ਕੀਤੇ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2002 ਦੇ ਵਿੱਚ ਕੈਪਟਨ ਸਰਕਾਰ ਨੇ ਲੁਧਿਆਣਾ ਦਾ ਅਲਤਮਸ਼ ਹੋਟਲ, ਹੁਸ਼ਿਆਰਪੁਰ ਦਾ ਲਾਜਵੰਤੀ ਹੋਟਲ ਅਤੇ ਹਿਮਾਚਲ ਵਿੱਚ ਟੂਰਿਜ਼ਮ ਦੇ ਹੋਟਲ ਵੀ ਬੰਦ ਕਰ ਦਿੱਤੇ ਸਨ, ਜਿਸ ਨਾਲ ਪੰਜਾਬ ਦੇ ਟੂਰਿਜ਼ਮ ਵਿਭਾਗ ਨੂੰ ਵੱਡਾ ਘਾਟਾ ਪਿਆ ਸੀ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਸਰਹਿੰਦ ਫਲੋਟਿੰਗ ਰੈਸਟੋਰੈਂਟ ਤੇ ਜਾ ਕੇ ਉੱਥੇ ਕੰਮ ਕਰਨ ਵਾਲੇ ਵਰਕਰਾਂ ਨਾਲ ਗੱਲਬਾਤ ਕਰਨ ਮੌਕੇ ਦਿੱਤਾ। ਵੀ ਪੰਜਾਬ ਸਰਕਾਰ ਆ ਜਿਹੜੀ ਇਸ ਰੈਸਟੋਰੈਂਟ ਨੂੰ ਬੰਦ ਕਰਨ ਜਾ ਰਹੀ ਆ, ਔਰ ਅੱਜ ਅਸੀਂ ਇੱਥੇ ਇਹਦਾ ਜਿਹੜਾ ਦੌਰਾ ਕਰਨ ਮੌਕੇ 'ਤੇ ਦੇਖਣ ਲਈ ਪਹੁੰਚੇ ਹਾਂ, ਔਰ ਅਸੀਂ ਇੱਥੇ ਦੇ ਜਿਹੜੇ ਸਟਾਫ ਆ ਉਹਨੂੰ ਸਟਾਫ ਨੂੰ ਮਿਲੇ, ਔਰ ਸਟਾਫ ਨੇ ਸਾਨੂੰ ਦੱਸਿਆ ਕਿ ਜਿਹੜਾ ਸਰਕਾਰ ਵੱਲੋਂ ਸਾਨੂੰ ਇੰਡੀਕੇਸ਼ਨ ਆ ਗਿਆ ਜਿਹੜੇ ਇਹ ਹੋਟਲ ਨੂੰ ਬੰਦ ਹੋਣ ਦੀ ਸੰਭਾਵਨਾ, ਔਰ ਮੈਂ ਸਮਝਦਾ ਜੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਲੈਕੀ ਹੈ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ, ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਸਾਹਿਬ ਵੱਲੋਂ, ਵੀ ਘਰ ਘਰ ਲੋਕਾਂ ਨੂੰ ਨੌਕਰੀ ਦੇਣੀ ਹੈ, ਉੱਥੇ ਮੈਂ ਸਮਝਦਾ ਅੱਜ ਜਿਹੜਾ ਹੋਟਲ ਬਣਨ ਨਾਲ, ਜਿੱਥੇ ਸਾਡੇ ਹੋਟਲ ਬੰਦ ਹੋਣ ਨਾਲ ਜਿੱਥੇ ਸਾਡੇ ਜਿਹੜੇ ਇੱਥੇ ਨੌਜਵਾਨ ਜਿਹੜੇ ਸਾਡੇ ਨੌਕਰੀ ਕਰ ਰਹੇ ਨੇ ਉਹ ਜਿੱਥੇ ਬੇਰੁਜ਼ਗਾਰ ਹੋਣਗੇ, ਉੱਥੇ ਜਿਹੜੇ ਲੋਕ ਨੇ ਜਿਹੜੀ ਦਿੱਖ ਹੈ ਇੱਥੇ ਫਲੋਟਿੰਗ ਰੈਸਟੋਰੈਂਟ ਦੀ, ਜਿਹੜੀ ਦਿੱਖ ਹੈ, ਮੈਂ ਸਮਝਦਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਦਾਂ ਦੀ ਕਿਤੇ ਦਿੱਖ ਨਹੀਂ ਜਿਹੜਾ ਨਹਿਰ ਦੇ ਵਿੱਚ ਇੱਕ ਹੋਟਲ ਬਣਿਆ ਹੋਵੇ। ਔਰ ਇੱਥੇ ਲੋਕ ਖਾਸ ਤੌਰ 'ਤੇ ਇਸ ਵਿਊ ਨੂੰ ਦੇਖਣ ਲਈ ਬੜੀ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ, ਇੱਥੇ ਖਾਣਾ ਵਗੈਰਾ ਖਾ ਕੇ ਜਾਂਦੇ ਨੇ। ਪਰ ਪੰਜਾਬ ਸਰਕਾਰ ਦੀ ਐਡੀ ਨਲੈਕੀ ਹੈ ਵੀ ਦੇਖੋ ਤੁਸੀਂ, ਇਹ ਪਿਛਲੇ ਸਾਲ 2019 ਪੰਜਵੇਂ ਮਹੀਨੇ ਤੋਂ ਜਿਹੜਾ ਫਲੋਟਿੰਗ ਰੈਸਟੋਰੈਂਟ ਹੈ ਇਹ ਜਿਹੜਾ ਨਹਿਰ ਦੇ ਵਿੱਚ ਬਣਿਆ ਹੋਇਆ ਇਹ ਬੰਦ ਪਿਆ, ਔਰ ਇਹਨੂੰ ਤਾਲਾ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਤਾਲਾ ਲੱਗਿਆ ਹੋਇਆ, ਔਰ ਇਹਦੇ ਅੱਜ ਤਕਰੀਬਨ 8 ਮਹੀਨੇ ਤੋਂ ਤਾਲਾ ਲੱਗਿਆ ਹੋਇਆ। ਔਰ ਇੱਥੇ ਲੋਕ ਆ ਕੇ ਇੱਥੋਂ ਬਾਹਰੋਂ ਰੋਡ ਤੋਂ ਮੁੜ ਜਾਂਦੇ ਨੇ, ਪਰ ਇੱਥੇ ਅੰਦਰ ਜਿਹੜਾ ਪਿਛਲੇ ਸਮੇਂ ਚੱਲਦਾ ਸੀ ਉੱਥੇ ਨਹੀਂ ਜਾ ਸਕਦੇ। ਔਰ ਇਸੇ ਤਰੀਕੇ ਨਾਲ ਜਿਹੜਾ ਇਹ ਹੋਟਲ ਹੈ, ਪਿਛਲੇ ਸਮੇਂ ਅਕਾਲੀ ਭਾਜਪਾ ਦੀ ਸਰਕਾਰ ਵਾਲੇ ਸੋਹਣ ਸਿੰਘ ਜੀ ਠੰਡਲ ਵੱਲੋਂ ਤਕਰੀਬਨ 1.25 ਕਰੋੜ ਦੇ ਲਗਭਗ ਇਹਦੀ ਰੈਨੋਵੇਸ਼ਨ ਲਈ ਪੈਸਾ ਦਿੱਤਾ ਗਿਆ, ਉਹਦੀ ਰੈਨੋਵੇਸ਼ਨ ਹੋਈ। ਔਰ ਅੱਜ ਸਰਕਾਰ ਇੰਨਾ ਪੈਸਾ ਲੱਗਣ ਦੇ ਬਾਵਜੂਦ, ਔਰ ਇੰਨੀ ਵਧੀਆ ਜਗ੍ਹਾ ਹੋਣ ਦੇ ਬਾਵਜੂਦ, ਔਰ ਇੰਨਾ ਪੁਰਾਣਾ ਤਕਰੀਬਨ 1976 ਦੇ ਵਿੱਚ ਇਹ ਜਿਹੜਾ ਰੈਸਟੋਰੈਂਟ ਬਣਿਆ ਔਰ ਉਹਨੂੰ ਅੱਜ ਸਰਕਾਰ ਬੰਦ ਕਰਨ ਜਾ ਰਹੀ ਹੈ, ਬਹੁਤ ਮਦਭਾਗੀ ਗੱਲ ਹੈ, ਬਹੁਤ ਮਾੜੀ ਗੱਲ ਹੈ, ਕਿਉਂਕਿ ਇਹ ਸਰਕਾਰ ਦੀ ਫਿਤਰਤ ਬਣ ਗਈ। ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਚਾਹੇ ਥਰਮਲ ਪਲਾਂਟ ਦੇਖੋ ਬੰਦ ਕੀਤੇ, ਕਿੰਨੇ ਲੋਕ ਬੇਰੁਜ਼ਗਾਰ ਕੀਤੇ, ਔਰ ਉਸ ਤੋਂ ਬਾਅਦ ਪਿਛਲੀ ਸਰਕਾਰ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੁਧਿਆਣੇ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਸਰਕਾਰੀ ਬੰਦ ਕੀਤਾ, ਹੁਸ਼ਿਆਰਪੁਰ ਦੇ ਵਿੱਚ ਬੰਦ ਕੀਤਾ, ਔਰ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਬੰਦ ਕੀਤਾ। ਇਹ ਅੱਜ ਉਹੀ ਜਿਹੜੀ ਰੀਤ ਆ ਦੁਬਾਰਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਟੂਰਿਸਟ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦੇ ਹੋਟਲ ਨੇ ਉਹ ਅੱਜ ਇੱਥੇ ਬੰਦ ਹੋ ਰਹੇ ਨੇ ਔਰ ਬੰਦ ਕਰਨ ਜਾ ਰਹੇ ਨੇ। ਮੈਂ ਸਮਝਦਾ ਇਹ ਸਾਡੀ ਜਿੱਥੇ ਸਰਕਾਰ ਤੋਂ ਮੰਗ ਹੈ ਵੀ ਸਾਡਾ ਇੱਕ ਸਮਝ ਲਓ ਅੱਜ ਵਿਰਸਾ ਹੀ ਮੰਨ ਸਕਦੇ ਹਾਂ ਅਸੀਂ, ਸਾਡੇ ਕੋਲ ਪੁਰਾਣੀ ਜਿਹੜੀ ਇੰਨਾ ਜਿਹੜਾ ਲੋਕ ਇੱਥੇ ਦੂਰ ਦੂਰ ਤੋਂ ਦੇਖਣ ਆ ਰਹੇ ਨੇ ਇਹਨੂੰ, ਵੀ ਇਹ ਜੇ ਬੰਦ ਹੋ ਗਿਆ ਤਾਂ ਇਹਦੇ ਨਾਲ ਸਾਡੇ ਜਿੱਥੇ ਜਿਹੜਾ ਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਤੋਂ ਵਿਚਾਰੇ ਬੇਰੁਜ਼ਗਾਰੇ ਹੋ ਜਾਣਗੇ ਨੌਜਵਾਨ, ਉੱਥੇ ਇੱਕ ਦੁੱਖ ਜਿਹੜੀ ਉਹ ਵੀ ਅਸੀਂ ਖੋ ਬੈਠਾਂਗੇ। ਇਸ ਸੰਬੰਧੀ ਜਦੋਂ ਅਜੀਤ ਟੀਮ ਨੇ ਇਸ ਰੈਸਟੋਰੈਂਟ ਦਾ ਦੌਰਾ ਕੀਤਾ ਤੇ ਪਤਾ ਲੱਗਿਆ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਧੀਨ ਇਸ ਰੈਸਟੋਰੈਂਟ ਦੇ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਤੋਂ ਅਗਾਉਂ ਅਸਤੀਫੇ ਵੀ ਲੈ ਗਏ ਹਨ। ਇਸ ਕਾਰਨ ਦਰਜਨਾਂ ਜੀ ਬੇਰੁਜ਼ਗਾਰ ਹੋ ਗਏ ਹਨ। ਸੋ ਉਹਨਾਂ ਵੱਲੋਂ ਮੰਗ ਕੀਤੀ ਹੈ ਕਿ ਇਸ ਵੱਖਰੀ ਦਿੱਖ ਵਾਲੇ ਰੈਸਟੋਰੈਂਟ ਨੂੰ ਬੰਦ ਕਰਨ ਦੀ ਬਜਾਏ ਇਸ ਨੂੰ ਢੁੱਕਵੇਂ ਰਸਤੇ ਨਾਲ ਜੋੜ ਕੇ ਲੀਜ਼ ਤੇ ਦੇਣਾ ਚਾਹੀਦਾ ਹੈ ਤਾਂ ਜੋ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਰੁਜ਼ਗਾਰ ਬਰਕਰਾਰ ਰਹੇ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਹੇ। ਇਸ ਮੌਕੇ ਰੈਸਟੋਰੈਂਟ ਵਿੱਚ ਆਏ ਹੋਏ ਸੈਲਾਨੀਆਂ ਨੇ ਕਿਹਾ ਕਿ ਇਹ ਇੱਕ ਵੱਖਰੀ ਦਿੱਖ ਵਾਲਾ ਰੈਸਟੋਰੈਂਟ ਹੈ, ਇਸ ਦੇ ਲਈ ਇਹ ਜਿਹੀਆਂ ਬਹੁਮੁੱਲੀ ਯਾਦਗਾਰਾਂ ਨੂੰ ਸਾਂਭਣ ਦੀ ਲੋੜ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਰੈਸਟੋਰੈਂਟ ਨੂੰ ਬੰਦ ਨਾ ਕੀਤਾ ਜਾਵੇ। ਜੀ, ਬਹੁਤ ਵਧੀਆ ਚੀਜ਼ ਤੇ ਇੱਕ ਪੰਜਾਬ ਦੇ ਵਿੱਚ ਨਹਿਰੀ ਦੇ ਵਿੱਚ ਹੋਟਲ ਬਣਿਆ ਸੀ, ਦੇਖਣ ਨੂੰ ਬੱਚਿਆਂ ਦੇ ਬਹੁਤ ਖੂਬਸੂਰਤੀ ਜਗ੍ਹਾ ਸੀ ਜੀ ਆਉਣ ਜਾਣ ਨੂੰ, ਅਤੇ ਹੁਣ ਇੱਥੇ ਸਾਨੂੰ ਪਰੇਸ਼ਾਨੀ ਆ ਰਹੀ, ਇੱਕ ਤਾਂ ਰੋਡ ਨਹੀਂ ਹੈਗਾ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਹੀ ਲੱਗ ਰਿਹਾ ਇਸ ਰੈਸਟੋਰੈਂਟ ਬਾਰੇ। ਤੋ ਜੋ ਅਸੀਂ ਪਹਿਲਾਂ ਆਉਂਦੇ ਸੀਗੇ ਬੜਾ ਇੰਜੋਏ ਆਉਂਦਾ ਸੀਗਾ, ਲੇਕਿਨ ਹੁਣ ਹੋਟਲ ਬੰਦ ਹੁੰਦਾ ਜਾ ਰਿਹਾ ਬੜੀ ਪਰੇਸ਼ਾਨੀ ਆ ਰਹੀ ਹੈ ਅਤੇ ਬਹੁਤ ਰੁਕਾਵਟ ਆ ਰਹੀਆਂ ਨੇ, ਅਤੇ ਰਿਕੁਐਸਟ ਹੈ ਕਿ ਇਹਦੀਆਂ ਰੁਕਾਵਟਾਂ ਜੋ ਰਸਤਾ ਹੈ ਚਾਲੂ ਕੀਤਾ ਜਾਵੇ ਆਉਣ ਜਾਣ ਲਈ ਅਤੇ ਬੱਚਿਆਂ ਨੂੰ ਘੁੰਮਣ ਫਿਰਨ ਲਈ। ਬਹੁਤ ਹੀ ਵਧੀਆ ਇਹ ਪਿਕਨਿਕ ਜਗ੍ਹਾ ਹੈ ਅਤੇ ਬਹੁਤ ਰੁਕਾਵਟ ਆ ਰਹੀਆਂ ਨੇ, ਸਾਡੀ ਰਿਕੁਐਸਟ ਹੈ ਕਿ ਇਹਦਾ ਰਾਸਤਾ ਅਤੇ ਹੋਟਲ ਨੂੰ ਬੰਦ ਨਾ ਕੀਤਾ ਜਾਵੇ, ਰਿਕੁਐਸਟ ਹੈ ਕਿ ਇਹਨੂੰ ਚਾਲੂ ਕੀਤਾ ਜਾਵੇ। ਬਹੁਤ ਹੀ ਵਧੀਆ ਚੀਜ਼ ਹੈ ਇਹ ਦੇਖਣ ਨੂੰ,
ਅਤੇ ਬਹੁਤ ਦੂਰੋਂ ਦੂਰੋਂ ਲੋਕ ਸੀਗੇ ਆਉਂਦੇ ਇਸ ਹੋਟਲ ਦੇ ਵਿੱਚ। ਬਹੁਤ ਵਧੀਆ ਖਾਣਾ, ਡਿਨਰ, ਲੰਚ ਵਗੈਰਾ ਵਧੀਆ ਮਿਲਦਾ ਸੀਗਾ, ਬਹੁਤ ਵਧੀਆ। ਉਸ ਸੂਰਤ ਜਗ੍ਹਾ 'ਤੇ ਇਹੀ ਕੁਝ ਜਗ੍ਹਾ 'ਤੇ ਇਹੀ ਹੁਣ ਜਗ੍ਹਾ ਬੰਦ ਹੋ ਰਹੀ ਹੈ, ਅਤੇ ਬੱਚਿਆਂ ਨੂੰ ਅਸੀਂ ਕਿੱਥੇ ਲੈ ਕੇ ਜਾਵਾਂਗੇ। ਅਤੇ ਅਜੀਤ ਦੇ ਲਈ ਜਤਿੰਦਰ ਰਾਠੌਰ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।